ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦ ਟੀਵੀ ਐਨਆਰਆਈ ਤੇ ਮੈਂ ਹਾਂ ਤੁਹਾਡੇ ਨਾਲ ਨੇਹਾ। ਖਬਰਾਂ ਦੇ ਇਸ ਖਾਸ ਬੁਲਟਨ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਅੱਜ ਦੀਆਂ ਕੁਝ ਖਾਸ ਖਬਰਾਂ ਦੇ ਨਾਲ ਤੁਹਾਨੂੰ ਜਾਣੂ ਕਰਵਾਵਾਂਗੇ, ਪਰ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਤੇ। ਕੈਨੇਡਾ ਨੇ ਪੰਜਾਬੀਆਂ ਨੂੰ ਮੁੜ ਦਿੱਤਾ ਝਟਕਾ, ਵਰਕ ਪਰਮਿਟ ਤੇ ਕੱਢੇ ਨਵੇਂ ਨਿਯਮ। ਬ੍ਰਾਜ਼ੀਲ 'ਚ ਐਕਸ ਨੂੰ ਵੱਡਾ ਝਟਕਾ, ਸੁਪਰੀਮ ਕੋਰਟ ਨੇ ਕਈ ਦੋਸ਼ਾਂ ਤਹਿਤ ਮੁਅੱਤਲ ਕਰਨ ਦਾ ਦਿੱਤਾ ਹੁਕਮ। ਅਮਰੀਕੀ ਚੋਣਾਂ ਤੋਂ ਪਹਿਲਾਂ ਟਰੰਪ ਨੂੰ ਲੱਗਾ ਝਟਕਾ, ਤਾਜ਼ਾ ਪੋਲ ਦੇ ਵਿੱਚ ਕਮਲਾ ਹੈਰਿਸ ਨਿਕਲੀ ਅੱਗੇ। ਪੰਜਾਬ ਦੇ ਰਾਜਪਾਲ ਕਟਾਰੀਆ ਦੀ ਪਹਿਲੀ ਅੰਮ੍ਰਿਤਸਰ ਫੇਰੀ, ਸੀਐਮ ਮਾਨ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ। ਭਾਰਤੀ ਰੇਲਵੇ ਦੀ ਵਧੀ ਰਫਤਾਰ, ਪੀਐਮ ਮੋਦੀ ਨੇ 3 ਵੰਦੇ ਭਾਰਤ ਟ੍ਰੇਨਾਂ ਨੂੰ ਵਿਖਾਈ ਹਰੀ ਝੰਡੀ। ਕੰਗਣਾ ਤੇ ਭੜਕੇ ਰਾਬਰਟ ਵਾਡਰਾ, ਕਿਹਾ ਸੰਸਦ 'ਚ ਰਹਿਣ ਦੇ ਲਾਇਕ ਨਹੀਂ ਹੈ ਕੰਗਣਾ ਰਣੌਤ। ਹੁਣ ਖਬਰਾਂ ਵਿਸਥਾਰ ਦੇ ਨਾਲ। ਕੈਨੇਡਾ ਜਾਣ ਦੇ ਚਾਹਵਾਨਾਂ ਦੇ ਲਈ ਇੱਕ ਬੇਹੱਦ ਵੱਡੀ ਖਬਰ ਹੈ। ਜੇਕਰ ਤੁਸੀਂ ਵੀ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਇਸ ਖਬਰ ਨੂੰ ਅੰਤ ਤੱਕ ਜ਼ਰੂਰ ਸੁਣੋ, ਕਿਉਂਕਿ ਇੱਕ ਵਾਰ ਫਿਰ ਤੋਂ ਕੈਨੇਡਾ ਦੇ ਵੱਲੋਂ ਵੱਡਾ ਝਟਕਾ ਦੇ ਦਿੱਤਾ ਗਿਆ। ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਵਰਕ ਪਰਮਿਟ ਦੇ ਜੋ ਨਿਯਮ ਨੇ ਉਸਦੇ ਵਿੱਚ ਬਦਲਾਅ ਕਰ ਦਿੱਤਾ ਗਿਆ ਹੈ ਤੇ 28 ਅਗਸਤ ਤੋਂ ਇਹਨਾਂ ਨਿਯਮਾਂ ਨੂੰ ਲਾਗੂ ਵੀ ਕਰ ਦਿੱਤਾ ਗਿਆ, ਜਿਸ ਦੇ ਤਹਿਤ ਜੋ ਆਰਜ਼ੀ ਨਿਵਾਸੀ ਨੇ ਉਹਨਾਂ ਦੇ ਵੱਲੋਂ ਵਰਕ ਪਰਮਿਟ ਦੇ ਲਈ ਅਪਲਾਈ ਨਹੀਂ ਕੀਤਾ ਜਾ ਸਕਦਾ। ਬੇਹੱਦ ਵੱਡੀ ਖਬਰ ਜ਼ਰੂਰ ਹੈ। ਇਸ ਪੂਰੇ ਮਾਮਲੇ ਸੰਬੰਧੀ ਜੋ ਰਿਪੋਰਟ ਆਈ ਹੈ ਤੁਹਾਨੂੰ ਦੱਸਦੇ ਹਾਂ। ਕੈਨੇਡਾ ਇਮੀਗ੍ਰੇਸ਼ਨ ਨੂੰ ਘੱਟ ਕਰਨ ਦੇ ਲਈ ਯਤਨ ਕੀਤੇ ਜਾ ਰਹੇ ਨੇ ਤੇ ਹਾਲ ਹੀ ਦੇ ਵਿੱਚ ਕਈ ਵੱਡੇ ਫੈਸਲੇ ਅਤੇ ਨੀਤੀ ਦੇ ਵਿੱਚ ਬਦਲਾਅ ਕੀਤੇ ਗਏ। ਇਸਦਾ ਸਭ ਤੋਂ ਵੱਡਾ ਅਸਰ ਭਾਰਤੀਆਂ ਤੇ ਪਿਆ, ਉਹ ਵੀ ਭਾਰਤੀ ਵਿਦਿਆਰਥੀਆਂ ਤੇ। ਹੁਣ ਕੈਨੇਡਾ ਨੇ ਸੈਲਾਨੀਆਂ ਦੇ ਲਈ ਵਰਕ ਪਰਮਿਟ ਨੀਤੀ ਦੇ ਵਿੱਚ ਵੀ ਵੱਡਾ ਬਦਲਾਅ ਕੀਤਾ। ਕੈਨੇਡਾ ਨੇ ਹੁਣ ਇੱਕ ਹੋਰ ਨਿਯਮ ਬਦਲਿਆ। ਦੱਸਿਆ ਜਾ ਰਿਹਾ ਹੈ ਕਿ ਜਿਸ ਦੇ ਤਹਿਤ ਆਰਜ਼ੀ ਨਿਵਾਸੀਆਂ ਨੂੰ ਹੁਣ ਕੈਨੇਡਾ ਦੇ ਵਿੱਚ ਵਰਕ ਪਰਮਿਟ ਦੇ ਲਈ ਅਪਲਾਈ ਕਰਨ ਦੀ ਇਜਾਜ਼ਤ ਨਹੀਂ ਹੋਏਗੀ। ਇਹ ਨਵਾਂ ਨਿਯਮ ਬੀਤੇ ਦਿਨ 28 ਅਗਸਤ ਤੋਂ ਲਾਗੂ ਕਰ ਦਿੱਤਾ ਗਿਆ। ਇਹ ਨੀਤੀ 1 ਅਗਸਤ 2020 ਦੇ ਵਿੱਚ ਕੈਨੇਡਾ ਆਉਣ ਵਾਲੇ ਸੈਲਾਨੀਆਂ ਦੀ ਸਹਾਇਤਾ ਦੇ ਲਈ ਪੇਸ਼ ਕੀਤੀ ਗਈ ਸੀ, ਜੋ ਕੋਵਿਡ-19 ਮਹਾਮਾਰੀ ਕਾਰਨ ਬਾਰਡਰ ਬੰਦ ਹੋਣ ਕਾਰਨ ਘਰ ਵਾਪਸ ਨਹੀਂ ਆ ਸਕਦੇ ਸੀ। ਕੈਨੇਡਾ ਸਮੇਤ ਜ਼ਿਆਦਾਤਰ ਦੇਸ਼ਾਂ ਨੇ ਕੋਰੋਨਾ ਦੌਰਾਨ ਯਾਤਰਾ ਤੇ ਪਾਬੰਦੀ ਲਗਾ ਦਿੱਤੀ ਸੀ। ਉਸ ਵੇਲੇ ਕੈਨੇਡਾ ਨੇ ਦੇਸ਼ ਦੇ ਵਿੱਚ ਫਸੇ ਵਿਦੇਸ਼ੀ ਨਾਗਰਿਕਾਂ ਦੀ ਮਦਦ ਦੇ ਲਈ ਅਸਥਾਈ ਨਿਵਾਸੀਆਂ ਨੂੰ ਵਰਕ ਪਰਮਿਟ ਦੀ ਇਜਾਜ਼ਤ ਦਿੱਤੀ ਸੀ। ਉਸ ਨੀਤੀ ਦੇ ਤਹਿਤ ਉਹ ਕੈਨੇਡਾ ਛੱਡੇ ਬਿਨਾਂ ਵਰਕ ਪਰਮਿਟ ਦੇ ਲਈ ਅਰਜ਼ੀ ਦੇ ਸਕਦੇ ਨੇ। ਇਸ ਤੋਂ ਇਲਾਵਾ ਕੋਈ ਵੀ ਜਿਸਨੇ ਪਿਛਲੇ 12 ਮਹੀਨਿਆਂ ਦੇ ਅੰਦਰ ਵਰਕ ਪਰਮਿਟ ਪ੍ਰਾਪਤ ਕੀਤਾ ਸੀ ਪਰ ਆਪਣੀ ਇਮੀਗ੍ਰੇਸ਼ਨ ਸਥਿਤੀ ਨੂੰ ਵਿਜ਼ਟਰ ਦੇ ਵਿੱਚ ਬਦਲ ਦਿੱਤਾ ਸੀ, ਉਹ ਆਪਣੀ ਨਵੀਂ ਵਰਕ ਪਰਮਿਟ ਅਰਜ਼ੀ ਤੇ ਫੈਸਲੇ ਦੀ ਉਡੀਕ ਕਰਦੇ ਹੋਏ ਕੈਨੇਡਾ ਦੇ ਵਿੱਚ ਕਾਨੂੰਨੀ ਤੌਰ ਤੇ ਕੰਮ ਕਰਨ ਦੇ ਯੋਗ ਸੀ। ਪਾਲਿਸੀ ਸ਼ੁਰੂ ਵਿੱਚ 28 ਫਰਵਰੀ 2025 ਨੂੰ ਖਤਮ ਹੋਣ ਵਾਲੀ ਸੀ। ਹਾਲਾਂਕਿ ਇਮੀਗ੍ਰੇਸ਼ਨ ਰਿਫਿਊਜ਼ਿਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਦਾ ਕਹਿਣਾ ਹੈ ਕਿ ਨੀਤੀ ਦੇ ਤਹਿਤ ਕੈਨੇਡਾ ਦੇ ਵਿੱਚ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਬਹਾਲ ਕਰਨ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਦੀ ਅਖੰਡਤਾ ਨੂੰ ਬਰਕਰਾਰ ਰੱਖਣ ਦੇ ਲਈ ਸਾਡੇ ਸਮੁੱਚੇ ਯਤਨਾਂ ਦੇ ਹਿੱਸੇ ਵਜੋਂ ਨੀਤੀ ਨੂੰ ਪੜਾਵਾਰ ਕੀਤਾ ਜਾ ਰਿਹਾ। 28 ਅਗਸਤ ਤੋਂ ਪਹਿਲਾਂ ਅਪਲਾਈ ਕਰਨ ਵਾਲਿਆਂ ਦੀਆਂ ਅਰਜ਼ੀਆਂ ਤੇ ਕਾਰਵਾਈ ਕੀਤੀ ਜਾਏਗੀ। ਕੈਨੇਡਾ ਇਮੀਗ੍ਰੇਸ਼ਨ ਤੇ ਹੁਣ ਸਖ਼ਤ ਕਾਰਵਾਈ ਕਰ ਰਹੀ ਹੈ। ਇਹ ਸ਼ੁਰੂਆਤੀ ਰੋਲ ਬੈਕ ਦਾ ਹਿੱਸਾ ਹੈ ਕਿਉਂਕਿ ਨੀਤੀ ਦੀ ਵਿਆਪਕ ਤੌਰ ਤੇ ਦੁਰਵਰਤੋਂ ਕੀਤੀ ਜਾ ਰਹੀ ਹੈ। ਬਹੁਤ ਸਾਰੇ ਲੋਕ ਇਸ ਨੀਤੀ ਦੀ ਵਰਤੋਂ ਵਿਦੇਸ਼ੀ ਨਾਗਰਿਕਾਂ ਨੂੰ ਬਿਨਾਂ ਅਧਿਕਾਰ ਤੋਂ
ਕੈਨੇਡਾ ਦੇ ਵਿੱਚ ਕੰਮ ਕਰਨ ਦੇ ਲਈ ਗੁੰਮਰਾਹ ਕਰਨ ਦੇ ਲਈ ਕਰ ਰਹੇ ਨੇ। ਇਹ ਵਿਆਪਕ ਇਮੀਗ੍ਰੇਸ਼ਨ ਧੋਖਾਧੜੀ ਦਾ ਮੁਕਾਬਲਾ ਕਰਨ ਅਤੇ ਅਸਥਾਈ ਨਿਵਾਸੀ ਪੱਧਰ ਨੂੰ ਘਟਾਉਣ ਦੇ ਲਈ ਵਿਭਾਗ ਦੇ ਯਤਨਾਂ ਦਾ ਹਿੱਸਾ ਹੈ। ਉਦਾਹਰਣ ਦੇ ਲਈ ਪਿਛਲੇ ਸਾਲ 700 ਵਿਦਿਆਰਥੀ ਅੰਤਰਰਾਸ਼ਟਰੀ ਵਿਦਿਆਰਥੀ ਮਨੋਨੀਤ ਸਿਖਲਾਈ ਸੰਸਥਾਵਾਂ ਤੋਂ ਸਵੀਕ੍ਰਿਤੀ ਤੇ ਜਾਲੀ ਪੱਤਰਾਂ ਦੇ ਨਾਲ ਕੈਨੇਡਾ ਵਿੱਚ ਪਾਏ ਗਏ। ਉਹਨਾਂ ਦੇ ਵਿੱਚੋਂ ਬਹੁਤਿਆਂ ਨੂੰ ਇਹ ਨਹੀਂ ਪਤਾ ਸੀ ਕਿ ਉਹਨਾਂ ਦੀਆਂ ਚਿੱਠੀਆਂ ਸੱਚੀਆਂ ਨਹੀਂ ਹੈ। ਜਵਾਬ ਦੇ ਵਿੱਚ IRCC ਇੱਕ ਯਕੀਨੀ ਬਣਾਉਂਦਾ ਹੈ ਕਿ DLI ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਪ੍ਰਾਪਤ ਕਰਨ ਦੇ 10 ਦਿਨਾਂ ਦੇ ਅੰਦਰ ਸਾਰੇ ਸਵੀਕ੍ਰਿਤੀ ਪੱਤਰਾਂ ਦੀ ਪੁਸ਼ਟੀ ਕਰਦਾ। ਇਸ ਤੋਂ ਇਲਾਵਾ ਕੈਨੇਡਾ ਨੇ ਅਗਲੇ 2 ਸਾਲ ਦੇ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵੀ ਸੀਮਤ ਕਰ ਦਿੱਤੀ ਹੈ ਤੇ ਕੈਨੇਡਾ ਦੇ ਵੱਲੋਂ ਸਮੇਂ ਸਮੇਂ ਤੇ ਆਪਣੇ ਹੀ ਨਿਯਮਾਂ ਦੇ ਵਿੱਚ ਬਦਲਾਵ ਕੀਤਾ ਜਾਂਦਾ ਹੈ ਤੇ ਹੁਣ ਵਰਕ ਪਰਮਿਟ ਨੂੰ ਲੈ ਕੇ ਬਦਲਾਵ ਕਰ ਦਿੱਤਾ ਗਿਆ ਹੈ ਕਿ ਜਿਹੜੇ ਆਰਜ਼ੀ ਨਿਵਾਸੀ ਨੇ ਉਹਨਾਂ ਦੇ ਵੱਲੋਂ ਵਰਕ ਪਰਮਿਟ ਦੇ ਲਈ ਅਪਲਾਈ ਨਹੀਂ ਕੀਤਾ ਜਾ ਸਕਦਾ। ਐਲਨ ਮਸਕ ਨੂੰ ਇੱਕ ਵੱਡਾ ਝਟਕਾ ਲੱਗਾ। ਬ੍ਰਾਜ਼ੀਲ ਦੇ ਵਿੱਚ ਐਕਸ ਨੂੰ ਮੁਅੱਤਲ ਕਰ ਦਿੱਤਾ ਗਿਆ। ਜੀ ਹਾਂ, ਇਸ ਦੇ ਪਿੱਛੇ ਕੁਝ ਕਾਰਨ ਵੀ ਦੱਸੇ ਗਏ ਆ। ਕਿਹਾ ਜਾ ਰਿਹਾ ਕਿ ਅਦਾਲਤ ਦੇ ਵਿੱਚ ਇੱਕ ਮਾਮਲਾ ਚੱਲ ਰਿਹਾ ਸੀ, ਉਸ ਮਾਮਲੇ ਸੰਬੰਧੀ ਜੱਜ ਦੇ ਵੱਲੋਂ ਫੈਸਲਾ ਲਿਆ ਗਿਆ ਤੇ ਐਕਸ ਨੂੰ ਬ੍ਰਾਜ਼ੀਲ ਦੇ ਵਿੱਚ ਮੁਅੱਤਲ ਕਰ ਦਿੱਤਾ ਗਿਆ। ਇਸ ਪੂਰੇ ਮਾਮਲੇ ਸੰਬੰਧੀ ਰਿਪੋਰਟ ਹੈ ਕਿ ਬ੍ਰਾਜ਼ੀਲ ਦੀ ਸੁਪਰੀਮ ਕੋਰਟ ਦੇ ਜਸਟਿਸ ਅਲੈਗਜ਼ੈਂਡਰ ਡੀ ਮੋਰੇਸ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਨੂੰ ਦੇਸ਼ ਵਿਆਪੀ ਮੁਅੱਤਲ ਕਰਨ ਦਾ ਹੁਕਮ ਦਿੱਤਾ ਹੈ ਕਿਉਂਕਿ ਕੰਪਨੀ ਨੇ ਦੇਸ਼ ਦੇ ਵਿੱਚ ਕਾਨੂੰਨੀ ਪ੍ਰਤੀਨਿਧੀ ਨਿਯੁਕਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਬੁੱਧਵਾਰ ਨੂੰ ਜੱਜ ਮੋਰੇਸ ਨੇ ਐਲਨ ਮਸਕ ਦੀ ਮਲਕੀਅਤ ਵਾਲੇ ਐਕਸ ਨੂੰ ਪ੍ਰਤੀਨਿਧੀ ਨਾਮਜ਼ਦ ਕਰਨ ਦੇ ਲਈ 24 ਘੰਟਿਆਂ ਦੀ ਸਮਾਂ ਸੀਮਾ ਦਿੱਤੀ। ਐਕਸ ਨੇ 17 ਅਗਸਤ ਨੂੰ ਆਪਣਾ ਬ੍ਰਾਜ਼ੀਲ ਦਫ਼ਤਰ ਬੰਦ ਕਰ ਦਿੱਤਾ। ਇਹ ਦਾਅਵਾ ਕਰਦਿਆਂ ਕਿ ਉਸਨੇ ਸਾਬਕਾ ਕਾਨੂੰਨੀ ਪ੍ਰਤੀਨਿਧੀ ਨੂੰ ਨਜ਼ਰਬੰਦ ਕਰਨ ਦੀ ਧਮਕੀ ਦਿੱਤੀ ਗਈ ਸੀ। ਐਕਸ ਦਾ ਕਈ ਮਹੀਨਿਆਂ ਤੋਂ ਜੱਜ ਮੋਰੇਸ ਦੇ ਨਾਲ ਟਕਰਾਅ ਸੰਬੰਧਿਤ ਸਮੱਗਰੀ ਜਾਂ ਫਿਰ ਲੋਕਤੰਤਰ ਨੂੰ ਕਮਜ਼ੋਰ ਕਰਨ ਵਾਲੇ ਪ੍ਰੋਫਾਈਲਾਂ ਨੂੰ ਹਟਾਉਣ ਦੇ ਅਦਾਲਤੀ ਆਦੇਸ਼ਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਬ੍ਰਾਜ਼ੀਲ ਦੀ ਸੁਪਰੀਮ ਫੈਡਰਲ ਕੋਰਟ ਨੇ ਵੀ ਐਕਸ ਨੂੰ ਪਾਲਣਾ ਨਾ ਕਰਨ ਦੇ ਲਈ 1.8 ਕਰੋੜ ਰਿਆਸ ਜੋ ਲਗਭਗ $32 ਲੱਖ ਅਮਰੀਕੀ ਡਾਲਰ ਹੁੰਦੇ ਨੇ ਉਸਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਸੀ। ਜੱਜ ਨੇ ਅਦਾਲਤ ਦੇ ਜੋ ਹੁਕਮਾਂ ਦੀ ਵਾਰ ਵਾਰ ਜਾਣਬੂਝ ਕੇ ਤੇ ਅਣਦੇਖੀ ਕਰਨ ਅਤੇ ਜੁਰਮਾਨੇ ਦਾ ਭੁਗਤਾਨ ਕਰਨ ਤੋਂ ਇਨਕਾਰ ਕਰਨ ਦਾ ਹਵਾਲਾ ਦਿੰਦੇ ਹੋਏ ਕੰਪਨੀ ਨੂੰ ਮੁਅੱਤਲ ਕਰਨ ਦੇ ਫੈਸਲੇ ਨੂੰ ਸਹੀ ਠਹਿਰਾਇਆ। ਉਸਨੇ ਐਕਸ ਤੇ ਬ੍ਰਾਜ਼ੀਲ ਦੀ ਕਾਨੂੰਨੀ ਪ੍ਰਣਾਲੀ ਦੀ ਅਣਦੇਖੀ ਕਰਨ ਅਤੇ ਸੋਸ਼ਲ ਮੀਡੀਆ ਤੇ ਇੱਕ ਕਾਨੂੰਨਹੀਣ ਜ਼ੋਨ ਬਣਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ, ਖਾਸ ਕਰਕੇ 2024 ਦੀਆਂ ਮਿਊਂਸਪਲ ਚੋਣਾਂ ਦੀ ਤਿਆਰੀ ਦੇ ਵਿੱਚ। ਜੱਜ ਮੋਰੇਸ ਨੇ ਕਿਹਾ ਕਿ ਐਕਸ ਨੇ ਕੱਟੜਪੰਥੀ ਸਮੂਹਾਂ ਅਤੇ ਡਿਜੀਟਲ ਮਿਲੀਸ਼ੀਆ ਦੀਆਂ ਕਾਰਵਾਈਆਂ ਦੀ ਸਹੂਲਤ ਦਿੱਤੀ ਜਿਸ ਦੇ ਨਾਲ ਨਾਜ਼ੀ ਨਸਲਵਾਦੀ ਫਾਸ਼ੀਵਾਦੀ ਨਫ਼ਰਤ ਭਰੇ ਅਤੇ ਲੋਕਤੰਤਰ ਵਿਰੋਧੀ ਭਾਸ਼ਣ ਦਾ ਪ੍ਰਸਾਰ ਹੋ ਰਿਹਾ ਹੈ, ਖਾਸ ਤੌਰ ਤੇ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ। ਬ੍ਰਾਜ਼ੀਲ ਦੇ ਜੱਜ ਨੇ ਬ੍ਰਾਜ਼ੀਲ ਦੀ ਰਾਸ਼ਟਰੀ ਦੂਰ ਸੰਚਾਰ ਏਜੰਸੀ ਨੂੰ 24 ਘੰਟਿਆਂ ਦੇ ਅੰਦਰ ਬ੍ਰਾਜ਼ੀਲ ਦੇ ਵਿੱਚ ਐਕਸ ਤੱਕ ਪਹੁੰਚਣ ਨੂੰ ਰੋਕਣ ਦਾ ਵੀ ਨਿਰਦੇਸ਼ ਦਿੱਤਾ। ਐਪਲ ਅਤੇ ਗੂਗਲ ਨੂੰ ਆਪਣੇ ਆਨਲਾਈਨ ਸਟੋਰਾਂ ਤੋਂ ਐਕਸ ਐਪ ਨੂੰ ਹਟਾਉਣ ਦੇ ਲਈ 5 ਦਿਨਾਂ ਦਾ ਸਮਾਂ ਦਿੱਤਾ ਗਿਆ। ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਜਾਂ ਕੰਪਨੀ ਤੇ $50,000 ਰਿਸਿਸ ਜੋ ਲਗਭਗ $10,000 ਅਮਰੀਕੀ ਡਾਲਰ ਹੁੰਦੇ ਨੇ ਉਸਦਾ ਰੋਜ਼ਾਨਾ ਜੁਰਮਾਨਾ ਲਗਾਇਆ ਜਾਏਗਾ ਜੋ ਪਾਬੰਦੀ ਤੋਂ ਬਾਅਦ ਐਕਸ ਤੱਕ ਪਹੁੰਚ ਕਰਨ ਦੇ ਲਈ VPN ਵਰਗੇ ਤਰੀਕਿਆਂ ਦੀ ਵਰਤੋਂ ਕਰੇਗਾ। ਤੇ ਇੱਥੇ ਜੱਜ ਦੇ ਵੱਲੋਂ ਇੱਕ ਫੈਸਲਾ ਕੋਰਟ ਦੇ ਵਿੱਚ ਸੁਣਵਾਈ ਦੌਰਾਨ ਲਿਆ ਗਿਆ ਹੈ ਕਿ ਐਕਸ ਨੂੰ ਬ੍ਰਾਜ਼ੀਲ ਦੇ ਵਿੱਚ ਮੁਅੱਤਲ ਕਰ ਦਿੱਤਾ ਜਾਏਗਾ ਜਿਸ ਕਾਰਨ ਇੱਥੇ ਐਲਨ ਮਸਕ ਜੋ ਕਿ ਐਕਸ ਦੇ ਮਾਲਕ ਨੇ ਉਹਨਾਂ ਨੂੰ ਇੱਕ ਵੱਡਾ ਝਟਕਾ ਜ਼ਰੂਰ ਲੱਗਾ ਹੈ। ਅਮਰੀਕਾ ਦੇ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਇਸ ਵੇਲੇ ਇੱਕ ਵੱਡਾ ਸਰਵੇ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਕਮਲਾ ਹੈਰਿਸ ਨੇ
ਇੱਕ ਵਾਰ ਫਿਰ ਤੋਂ ਡੋਨਾਲਡ ਟਰੰਪ ਨੂੰ ਪਿੱਛੇ ਛੱਡ ਦਿੱਤਾ। ਇਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਕਮਲਾ ਹੈਰਿਸ ਨੂੰ ਅਮਰੀਕੀ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਤੇ ਡੋਨਾਲਡ ਟਰੰਪ ਦੂਸਰੇ ਨੰਬਰ ਤੇ ਖੜੇ ਨੇ। ਡੋਨਾਲਡ ਟਰੰਪ ਨੂੰ ਕਾਫੀ ਪਿੱਛੇ ਛੱਡ ਦਿੱਤਾ ਗਿਆ ਹੈ ਕਮਲਾ ਹੈਰਿਸ ਦੇ ਵੱਲੋਂ। 5 ਨਵੰਬਰ ਨੂੰ ਅਮਰੀਕਾ ਦੇ ਵਿੱਚ ਇਹ ਰਾਸ਼ਟਰਪਤੀ ਚੋਣਾਂ ਜੋ ਨੇ ਉਹ ਹੋਣ ਵਾਲੀਆਂ ਤੇ ਇਸ ਚੋਣਾਂ ਦੇ ਵਿੱਚ ਇੱਕ ਪਾਸੇ ਹੈ ਡੋਨਾਲਡ ਟਰੰਪ ਜੋ ਕਿ ਸਾਬਕਾ ਰਾਸ਼ਟਰਪਤੀ ਅਮਰੀਕਾ ਦੇ ਰਹਿ ਚੁੱਕੇ ਨੇ ਤੇ ਦੂਸਰੇ ਪਾਸੇ ਹੈ ਕਮਲਾ ਹੈਰਿਸ ਜੋ ਕਿ ਇਸ ਵੇਲੇ ਮੌਜੂਦਾ ਉਪ ਰਾਸ਼ਟਰਪਤੀ ਹੈ ਅਮਰੀਕਾ ਦੇ। ਇਹਨਾਂ ਦੋਹਾਂ ਵਿਚਾਲੇ ਕੜਾ ਮੁਕਾਬਲਾ ਹੋਵੇਗਾ ਤੇ ਦੇਖਣ ਨੂੰ ਮਿਲੇਗਾ ਕਿ ਆਖਿਰਕਾਰ ਦੋਹਾਂ ਦੇ ਵਿੱਚੋਂ ਕਿਸ ਨੂੰ ਇਹ ਕੁਰਸੀ ਮਿਲਦੀ ਹੈ, ਕੌਣ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਬਣਦਾ। ਇਸ ਪੂਰੇ ਮਾਮਲੇ ਸੰਬੰਧੀ ਰਿਪੋਰਟ ਆਈ ਹੈ ਕਿ ਜਿਵੇਂ ਜਿਵੇਂ 5 ਨਵੰਬਰ ਦੀ ਤਰੀਕ ਨੇੜੇ ਆ ਰਹੀ ਹੈ ਕਮਲਾ ਹੈਰਿਸ ਡੋਨਾਲਡ ਟਰੰਪ ਦਾ ਦਬਦਬਾ ਬਣਾਉਂਦੀ ਨਜ਼ਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ 29 ਅਗਸਤ ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ ਕਮਲਾ ਹੈਰਿਸ ਆਪਣੇ ਵਿਰੋਧੀ ਡੋਨਾਲਡ ਟਰੰਪ ਤੋਂ 45-41% ਦੇ ਨਾਲ ਅੱਗੇ ਚੱਲ ਰਹੀ ਹੈ। ਜੁਲਾਈ ਦੇ ਵਿੱਚ ਕਰਵਾਏ ਗਏ ਆਖਰੀ ਪੋਲ 'ਚ ਕਮਲਾ ਟਰੰਪ ਤੋਂ ਅੱਗੇ ਸੀ। ਅਗਸਤ ਦੇ ਪੋਲ ਮੁਤਾਬਕ ਔਰਤਾਂ ਅਤੇ ਹਿਸਪੈਨਿਕ ਵੋਟਰਾਂ 'ਚ ਕਮਲਾ ਦਾ ਸਮਰਥਨ ਵੱਧ ਰਿਹਾ ਜੋ ਟਰੰਪ ਦੇ ਲਈ ਚਿੰਤਾਜਨਕ ਸਾਬਤ ਹੋ ਸਕਦਾ ਹੈ। ਤਾਜ਼ਾ ਸਰਵੇਖਣ ਅਨੁਸਾਰ ਕਮਲਾ ਨੇ ਇਹਨਾਂ ਦੋਹਾਂ ਸ਼੍ਰੇਣੀਆਂ ਦੇ ਵੋਟਰਾਂ ਦੇ ਵਿੱਚ ਟਰੰਪ ਤੋਂ 49-36% ਜਾਂ ਫਿਰ 13% ਅੰਕ ਅੱਗੇ ਹੈ ਜੋ ਕਿ ਜੁਲਾਈ ਦੇ ਇੱਕ ਸਰਵੇਖਣ ਦੇ ਵਿੱਚ ਉਸਦੇ ਮਹਿਲਾ ਵੋਟਰ ਵਿੱਚ 9 ਅੰਕਾਂ ਅਤੇ ਹਿਸਪੈਨਿਕਾਂ ਦੇ ਵਿੱਚ 6 ਅੰਕਾਂ ਦੇ ਨਾਲ ਟਰੰਪ 'ਤੇ ਬੜਤ ਬਣਾਈ ਹੋਈ ਹੈ। ਮੌਜੂਦਾ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਵੱਲੋਂ 21 ਜੁਲਾਈ ਨੂੰ ਆਪਣੀ ਉਮੀਦਵਾਰੀ ਵਾਪਸ ਲੈਣ ਤੋਂ ਬਾਅਦ ਕਮਲਾ ਹੈਰਿਸ ਚੋਣ ਮੈਦਾਨ ਦੇ ਵਿੱਚ ਉਤਰੀ ਸੀ ਅਤੇ ਉਦੋਂ ਤੋਂ ਉਹਨਾਂ ਦੀ ਲੋਕਪ੍ਰਿਯਤਾ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ। ਕਮਲਾ ਹੈਰਿਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਰਾਸ਼ਟਰਪਤੀ ਚੋਣਾਂ ਦੇ ਨਾਲ ਨਾਲ ਨਾਜ਼ੁਕ ਸਵਿੰਗ ਰਾਜਾਂ ਦੇ ਵਿੱਚ ਮਜ਼ਬੂਤ ਸਥਿਤੀ 'ਚ 2020 'ਚ ਵਿਸਕਾਂਸਿਨ, ਪੈਨਸਵੇਲੀਆ, ਜਾਰਜੀਆ, ਐਰੀਜ਼ੋਨਾ, ਉੱਤਰੀ ਕੈਰੋਲੀਨਾ, ਮਿਸ਼ੀਗਨ ਅਤੇ ਨਿਵਾਡਾ ਦੇ ਵਿੱਚ ਡੈਮੋਕ੍ਰੇਟਸ ਅਤੇ ਰਿਪਬਲਿਕਨਾਂ ਵਿਚਕਾਰ ਸਖ਼ਤ ਲੜਾਈਆਂ ਵੇਖਣ ਨੂੰ ਮਿਲੀਆਂ ਸੀ ਅਤੇ ਟਰੰਪ ਇਸ ਸਮੇਂ ਇਹਨਾਂ ਸੂਬਿਆਂ ਦੇ ਵਿੱਚ ਰਜਿਸਟਰ ਵੋਟਰਾਂ 'ਚ 45-43% ਦੀ ਮਦਦ ਦੇ ਨਾਲ ਕਮਲਾ ਤੋਂ ਅੱਗੇ ਚੱਲ ਰਹੇ ਨੇ। ਹਾਲਾਂਕਿ ਡੈਮੋਕ੍ਰੇਟਿਕ ਪਾਰਟੀ ਦੇ ਵੱਲੋਂ ਅਧਿਕਾਰਤ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਕਮਲਾ ਹੈਰਿਸ ਨੇ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ। ਉਸਨੇ ਜਾਰਜੀਆ ਸਮੇਤ ਜੰਗ ਦੇ ਮੈਦਾਨ ਵਾਲੇ ਸੂਬਿਆਂ ਦੇ ਵਿੱਚ ਦੌਰਾ ਸ਼ੁਰੂ ਕੀਤਾ। ਤਾਜ਼ਾ ਪੋਲ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਡੈਮੋਕ੍ਰੇਟਿਕ ਵੋਟਰਾਂ ਦੇ ਵਿੱਚ 73% ਕਮਲਾ ਨੂੰ ਵੋਟ ਪਾਉਣ ਦਾ ਇਰਾਦਾ ਰੱਖਦੇ ਨੇ, ਜਦੋਂ ਕਿ ਸਿਰਫ 61% ਡੈਮੋਕ੍ਰੇਟਿਕ ਵੋਟਰ ਮਾਰਚ ਦੇ ਵਿੱਚ ਕਰਵਾਏ ਗਏ ਇੱਕ ਪੋਲ ਦੇ ਵਿੱਚ ਬਾਈਡਨ ਨੂੰ ਵੋਟ ਦੇਣ ਦਾ ਇਰਾਦਾ ਰੱਖਦੇ ਸੀ। ਮੁੱਖ ਤੌਰ 'ਤੇ ਟਰੰਪ ਨੂੰ ਸੱਤਾ ਦੇ ਵਿੱਚ ਆਉਣ ਤੋਂ ਰੋਕਣ ਦੇ ਲਈ ਰਿਪਬਲਿਕਨ ਰਜਿਸਟਰ ਵੋਟਰ ਵੀ ਖਾਸ ਤੌਰ 'ਤੇ ਟਰੰਪ ਨੂੰ ਵੋਟ ਪਾਉਣ ਦੇ ਲਈ ਉਤਸ਼ਾਹਿਤ ਨੇ। ਰਿਪਬਲਿਕਨ ਵੋਟਰ ਦੇ 64% ਨੇ ਨਾ ਸਿਰਫ ਕਮਲਾ ਨੂੰ ਹਰਾਉਣ ਦੇ ਲਈ ਬਲਕਿ ਟਰੰਪ ਤੋਂ ਪ੍ਰਭਾਵਿਤ ਹੋਣ ਅਤੇ ਉਸਦੀਆਂ ਨੀਤੀਆਂ ਦਾ ਸਮਰਥਨ ਕਰਨ ਦਾ ਇਰਾਦਾ ਰੱਖਦੇ ਨੇ। ਸਮਰਥਕਾਂ ਦਾ ਮੰਨਣਾ ਹੈ ਕਿ ਟਰੰਪ ਅਮਰੀਕੀ ਅਰਥ ਵਿਵਸਥਾ ਨੂੰ ਬਹਾਲ ਕਰ ਸਕਦੇ ਨੇ। USA Today ਦੇ ਵੱਲੋਂ ਇੱਕ ਸਰਵੇਖਣ ਦੇ ਵਿੱਚ ਦੱਸਿਆ ਗਿਆ ਕਿ ਕਮਲਾ ਟਰੰਪ ਤੋਂ 4 ਅੰਕ ਅੱਗੇ ਚੱਲ ਰਹੀ ਸੀ, ਜਦੋਂ ਕਿ ਜੂਨ ਦੇ ਵਿੱਚ ਕਰਵਾਈ ਗਈ ਇਸ ਪੋਲ ਦੇ ਵਿੱਚ ਕਮਲਾ ਤੋਂ 8 ਅੰਕ ਉਹ ਪਿੱਛੇ ਹੈ। ਇਸ ਪੋਲ ਅਨੁਸਾਰ ਕਮਲਾ ਹੈਰਿਸ ਹਿਸਪੈਨਿਕ, ਗੈਰ ਅਮਰੀਕੀ ਅਤੇ ਨੌਜਵਾਨ ਵੋਟਰਾਂ ਦੇ ਵਿੱਚ ਪ੍ਰਸਿੱਧੀ ਹਾਸਲ ਕਰ ਚੁੱਕੀ ਆ ਅਤੇ ਇਹ ਵੋਟਰ ਡੈਮੋਕ੍ਰੇਟਸ ਦੇ ਲਈ ਵੀ ਬਹੁਤ ਮਹੱਤਵਪੂਰਨ ਮੰਨੇ ਜਾ ਰਹੇ ਨੇ। ਇਸ ਤੋਂ ਇਲਾਵਾ $20,000 ਤੋਂ ਘੱਟ ਸਲਾਨਾ ਆਮਦਨ ਵਾਲੇ ਵੋਟਰਾਂ ਦੇ ਵਿੱਚ ਵੀ ਕਮਲਾ ਦੀ ਲੋਕਪ੍ਰਿਯਤਾ ਵੱਧ ਰਹੀ ਹੈ। ਜਿਸ ਤਰ੍ਹਾਂ ਭਾਰਤ ਦੇ ਵਿੱਚ ਉਹਨਾਂ ਤੋਂ ਪਹਿਲਾਂ ਓਪੀਨੀਅਨ ਪੋਲ ਕਰਵਾਏ ਜਾਂਦੇ ਨੇ, ਉਸੇ ਤਰ੍ਹਾਂ ਅਮਰੀਕਾ ਦੇ ਵਿੱਚ ਵੀ ਵੱਖ ਵੱਖ ਮੀਡੀਆ ਹਾਊਸ ਅਤੇ ਸੰਸਥਾਵਾਂ ਦੇ ਵੱਲੋਂ ਆਪਣੇ ਆਪਣੇ ਪੋਲ ਕਰਵਾਏ ਜਾਂਦੇ ਨੇ, ਜਿਸ ਦੇ ਵਿੱਚ ਉਹ ਪਤਾ ਲਗਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਪਾਰਟੀ ਦਾ ਆਗੂ ਅੱਗੇ ਹੈ ਅਤੇ ਕਿਸ ਪਾਰਟੀ ਦਾ ਆਗੂ ਪਿੱਛੇ ਹੈ।
ਇਹ ਪੋਲ ਇਸ ਗੱਲ ਦਾ ਸਪਸ਼ਟ ਸੰਕੇਤ ਦਿੰਦੇ ਨੇ ਕਿ ਦੌੜ ਦੇ ਵਿੱਚ ਕੌਣ ਅੱਗੇ ਚੱਲ ਰਿਹਾ ਅਤੇ ਕੌਣ ਪਿੱਛੇ ਚੱਲ ਰਿਹਾ। ਨਾਲ ਹੀ ਨਾਲ ਜੇਕਰ ਗੰਭੀਰਤਾ ਦੇ ਨਾਲ ਇਸਨੂੰ ਵੇਖਿਆ ਜਾਵੇ ਤਾਂ ਟਰੰਪ ਨੂੰ ਕਮਲਾ ਹੈਰਿਸ ਦੇ ਵੱਲੋਂ ਇਸ ਸਰਵੇਖਣ ਦੇ ਵਿੱਚ ਕਾਫੀ ਪਿੱਛੇ ਛੱਡ ਦਿੱਤਾ ਗਿਆ ਹੈ। ਪਰ ਜਦ ਵੀ ਇਹ ਚੋਣ ਹੋਵੇਗੀ, 5 ਨਵੰਬਰ ਨੂੰ ਚੋਣਾਂ ਦਾ ਦਿਨ ਤੈਅ ਕੀਤਾ ਗਿਆ, ਉਸ ਤੋਂ ਬਾਅਦ ਨਤੀਜੇ ਆਉਣਗੇ ਅਤੇ ਨਤੀਜਿਆਂ 'ਚ ਪਤਾ ਲੱਗੇਗਾ ਕਿ ਇਹ ਸਰਵੇਖਣ ਕਿੰਨਾ ਕੁ ਸਹੀ ਹੈ ਅਤੇ ਕਿੰਨਾ ਕੁ ਗਲਤ ਹੈ, ਕਿਉਂਕਿ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਖਿਰਕਾਰ ਅਮਰੀਕਾ ਦਾ ਨਵਾਂ ਰਾਸ਼ਟਰਪਤੀ ਕੌਣ ਹੋਵੇਗਾ। ਅਤੇ ਹੁਣ ਸਮਾਂ ਇੱਕ ਨਿੱਕੀ ਜਿਹੀ ਬ੍ਰੇਕ ਦਾ, ਇਸ ਬ੍ਰੇਕ ਤੋਂ ਬਾਅਦ ਮਿਲਾਂਗੇ। ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ, ਤਾਂ ਇੱਕੋ ਇੱਕ ਰਾਹ NRI ਮੈਰਿਜ ਬਿਊਰੋ। NRI ਮੈਰਿਜ ਬਿਊਰੋ, ਫਾਈਂਡ ਯੂਰ ਪਰਫੈਕਟ ਹਿਊਮਨ। ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ, ਤਾਂ ਇੱਕੋ ਇੱਕ ਰਾਹ NRI ਮੈਰਿਜ ਬਿਊਰੋ। NRI ਮੈਰਿਜ ਬਿਊਰੋ, ਫਾਈਂਡ ਯੂਰ ਪਰਫੈਕਟ ਹਿਊਮਨ। ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ, ਤਾਂ ਇੱਕੋ ਇੱਕ ਰਾਹ NRI ਮੈਰਿਜ ਬਿਊਰੋ। NRI Marriage Bureau, find your perfect human. ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ, ਤਾਂ ਇੱਕੋ ਇੱਕ ਰਾਹ NRI Marriage Bureau. NRI Marriage Bureau, find your perfect human. ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਨੇ। ਅਸਲ ਦੇ ਵਿੱਚ ਪੰਜਾਬ ਦੇ ਰਾਜਪਾਲ ਕਟਾਰੀਆ ਦੀ ਇਹ ਪਹਿਲੀ ਅੰਮ੍ਰਿਤਸਰ ਫੇਰੀ ਹੈ, ਜਿੱਥੇ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋ ਕੇ ਮੱਥਾ ਟੇਕਿਆ ਅਤੇ ਉਸ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਵੀ ਕੀਤੀ ਗਈ। ਮੀਡੀਆ ਦੇ ਵੱਲੋਂ ਜਦ ਰਾਜਨੀਤਿਕ ਸਵਾਲ ਪੁੱਛੇ ਗਏ ਤਾਂ ਇੱਥੇ ਰਾਜਪਾਲ ਕਟਾਰੀਆ ਨੇ ਜਵਾਬ ਦਿੱਤਾ ਕਿ ਅਸੀਂ ਰੱਬ ਦੇ ਘਰ ਆਏ ਹਾਂ ਅਤੇ ਇੱਥੇ ਆ ਕੇ ਕੋਈ ਵੀ ਰਾਜਨੀਤਿਕ ਸਵਾਲ ਦਾ ਜਵਾਬ ਜਿਹੜਾ ਉਹ ਸਾਡੇ ਵੱਲੋਂ ਨਹੀਂ ਦਿੱਤਾ ਜਾਏਗਾ। ਇਸ ਪੂਰੇ ਮਾਮਲੇ ਸੰਬੰਧੀ ਦੱਸਿਆ ਗਿਆ ਹੈ ਕਿ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਨੇ। ਇਸ ਦੌਰਾਨ ਉਹਨਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸੀ। ਇਸ ਮੌਕੇ ਉਹਨਾਂ ਨੇ ਗੁਰੂ ਸਾਹਿਬ ਦੇ ਦਰਸ਼ਨ ਕਰ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ। ਜ਼ਿਕਰਯੋਗ ਹੈ ਕਿ ਗੁਲਾਬ ਚੰਦ ਕਟਾਰੀਆ ਨੂੰ ਬਨਵਾਰੀ ਲਾਲ ਪੁਰੋਹਿਤ ਦੇ ਅਸਤੀਫੇ ਮਗਰੋਂ ਪੰਜਾਬ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ। ਰਾਜਪਾਲ ਵਜੋਂ ਨਿਯੁਕਤੀ ਹੋਣ ਮਗਰੋਂ ਗੁਲਾਬ ਚੰਦ ਕਟਾਰੀਆ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਆਏ ਨੇ। ਇਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲ ਕਰਦਿਆਂ ਰਾਜਪਾਲ ਨੇ ਕਿਹਾ ਕਿ ਅੱਜ ਰਾਜਪਾਲ ਬਣ ਕੇ ਇੱਥੇ ਪਹੁੰਚਿਆ, ਅਕਸਰ ਇੱਥੇ ਆਉਣ ਬਾਰੇ ਸੋਚਦਾ ਸੀ, ਅੱਜ ਮੌਕਾ ਮਿਲਿਆ ਤੇ ਮੈਂ ਇੱਥੇ ਮੱਥਾ ਟੇਕ ਕੇ ਇਮਾਨਦਾਰੀ ਦੇ ਨਾਲ ਲੋਕਾਂ ਦੀ ਸੇਵਾ ਕਰਨ ਦਾ ਕੰਮ ਕਰਾਂਗੇ, ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਵਾਂਗਾ। ਤੇ ਨਾਲ ਹੀ ਨਾਲ ਉਹਨਾਂ ਨੇ ਅਰਦਾਸ ਇਹ ਵੀ ਕੀਤੀ ਕਿ ਮੈਂ ਆਪਣੇ ਕੰਮਾਂ ਦੇ ਵਿੱਚ ਸਫਲ ਹੋਵਾਂ ਅਤੇ ਦੇਸ਼ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਹੈ ਉਹ ਬਣੀ ਰਹੇ। ਇਸ ਮੌਕੇ ਦੱਸਿਆ ਜਾ ਰਿਹਾ ਹੈ ਕਿ ਮੀਡੀਆ ਦੇ ਵੱਲੋਂ ਜਦ ਰਾਜਨੀਤਿਕ ਸਵਾਲ ਪੁੱਛੇ ਗਏ ਤੇ ਉਹਨਾਂ ਦੇ ਜਵਾਬ ਦੇਣ ਤੋਂ ਮਨਾਹੀ ਕਰ ਦਿੱਤੀ ਗਈ ਤੇ ਨਾਲ ਹੀ ਨਾਲ ਪੂਰੇ ਮਾਮਲੇ ਸੰਬੰਧੀ ਜੋ ਇੱਥੇ ਮੀਡੀਆ ਦੇ ਨਾਲ ਗੱਲਬਾਤ ਭਗਵੰਤ ਮਾਨ ਤੇ ਨਾਲ ਹੀ ਨਾਲ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਕੀਤੀ ਗਈ ਆ ਉਹ ਵੀ ਜ਼ਰੂਰ ਸੁਣਿਓ। ਅੱਜ ਅਰਦਾਸ ਕਰਨ ਆਏ ਨੇ ਪੰਜਾਬ ਦੇ ਭਲੇ ਦੀ, ਦੇਸ਼ ਦੇ ਭਲੇ ਦੀ, ਸ਼ਾਂਤੀ ਦੀ। ਸੋ ਸਵਾਗਤ ਵੀ ਉਹਨਾਂ ਦਾ ਪੰਜਾਬ 'ਚ ਨਵੇਂ ਗਵਰਨਰ ਬਣਨ 'ਤੇ, ਅਤੇ ਨਾਲ ਨਾਲ ਪਰਮਾਤਮਾ ਸਮੱਤ 'ਤੇ ਬਲ ਬਖਸ਼ੇ ਕਿ ਅਸੀਂ ਪੰਜਾਬ ਦੇ ਜੋ ਜੋ ਵੀ ਸਾਡੇ ਅਧਿਕਾਰ ਖੇਤਰ ਨੇ, ਅਸੀਂ ਆਪਣੇ ਅਧਿਕਾਰ ਖੇਤਰਾਂ ਦੇ ਅਧੀਨ ਪੰਜਾਬ ਦੇ ਲੋਕਾਂ ਦੀ, ਦੇਸ਼ ਦੇ ਲੋਕਾਂ ਦੀ ਸੇਵਾ ਕਰਦੇ ਰਹੀਏ। ਕੋਈ ਅੱਜ ਰਾਜਨੀਤਿਕ ਕੁਐਸਚਨ ਦਾ ਮੈਂ ਕੋਈ ਜਵਾਬ ਨਹੀਂ ਦਊਂਗਾ। ਤੁਸੀਂ ਪੁੱਛੋਗੇ ਨਾ ਗਵਰਨਰ ਸਾਹਿਬ ਅੱਗੇ ਜੋ ਵੀ ਉਹਨਾਂ ਦੀ ਫੀਲਿੰਗ ਹੈ ਇੱਥੇ ਆ ਕੇ ਪਰਿਵਾਰ ਸਮੇਤ। ਕਿ ਮੈਂ ਪੰਜਾਬ ਕਾ ਰਾਜਪਾਲ ਬਣ ਕਰਕੇ ਯਹਾਂ ਅਭੀ ਆਇਆ ਹੂੰ। ਮੈਂ ਸੋਚਤਾ ਹੂੰ ਯੇ ਇੱਕ ਐਸੀ ਜ਼ਮੀਨ ਹੈ
जिसके कारण से, गुरुओं के बलिदान के कारण से ये देश और संस्कृति आज तक अपने पास सुरक्षित है। और मैं सोचता हूँ इस गोल्डन टेम्पल में माथा टिकाने के लिए देश का जन जन ये प्रयास करता है कि मेरे को भी ये मौका मिले कि मैं भी यहाँ माथा टिकाकर ये आशीर्वाद लूँ कि मैं ईमानदारी से काम करूँ, जनता का सेवक बनकर काम करूँ, पंजाब के विकास के लिए, चंडीगढ़ के विकास के लिए जो कुछ भी मेरे को प्रभु ने अब तक सिखाया है उसको मैं ठीक प्रकार से ज़मीन पर उतार सकूँ। तो मैं सोचता हूँ यह जो शक्ति है, जहाँ से माथा टेक करके मैं ये आशीर्वाद लेकर जा रहा हूँ कि मैं मेरे काम में सफल हूँ, अमन चैन और शांति बनी रहे, भाईचारा बना रहे और देश तरक्की के रास्ते पर आगे बढ़े, उसमें हम लोगों का भी सहयोग हो, इसी के लिए मैं यहाँ माथा टेक करके आशीर्वाद देने के लिए आया हूँ। आप सबको भी इस अवसर पर मेरी ओर से बहुत बहुत धन्यवाद, बधाई। ਭਾਰਤ ਦੇ ਵਿੱਚ ਰੇਲਾਂ ਦੀ ਰਫ਼ਤਾਰ ਹੋਰ ਤੇਜ਼ ਹੋ ਗਈ। ਜੀ ਹਾਂ, ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ 3 ਵੰਦੇ ਭਾਰਤ ਟ੍ਰੇਨਾਂ ਦਾ ਉਦਘਾਟਨ ਕੀਤਾ ਗਿਆ। ਉਹਨਾਂ ਨੂੰ ਹਰੀ ਝੰਡੀ ਦਿਖਾਈ ਗਈ, ਜਿਸ ਤੋਂ ਬਾਅਦ ਹੁਣ ਵੱਖ ਵੱਖ ਸੂਬਿਆਂ ਦੇ ਵਿੱਚ ਇਹ ਜਿਹੜੀਆਂ ਟ੍ਰੇਨਾਂ ਨੇ ਉਹ ਚੱਲਣਗੀਆਂ ਅਤੇ ਲੋਕਾਂ ਨੂੰ ਇਸਦਾ ਕਾਫ਼ੀ ਜ਼ਿਆਦਾ ਲਾਭ ਮਿਲੇਗਾ। ਇਸ ਪੂਰੇ ਮਾਮਲੇ ਸੰਬੰਧੀ ਦੱਸਿਆ ਗਿਆ ਹੈ ਕਿ ਵੀਡੀਓ ਕਾਨਫਰੰਸ ਦੇ ਜ਼ਰੀਏ ਉਦਘਾਟਨ ਹੋਇਆ, ਪੀਐਮ ਮੋਦੀ ਦੇ ਵੱਲੋਂ ਹਰੀ ਝੰਡੀ ਦਿਖਾਈ ਗਈ ਅਤੇ ਨਾਲ ਹੀ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੇਰਠ ਨੂੰ ਲਖਨਊ, ਮਦੂਰੇ ਨੂੰ ਬੈਂਗਲੌਰ ਅਤੇ ਚੇਨਈ ਨੂੰ ਨਾਗਰ ਕੋਇਲ ਦੇ ਨਾਲ ਜੋੜਨ ਵਾਲੀਆਂ 3 ਵੰਦੇ ਭਾਰਤ ਟ੍ਰੇਨਾਂ ਨੂੰ ਅੱਜ ਹਰੀ ਝੰਡੀ ਦਿਖਾਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਹਰੀ ਝੰਡੀ ਵਿਖਾਉਣ ਦੇ ਪ੍ਰੋਗਰਾਮ ਨੂੰ ਵੀਡੀਓ ਕਾਨਫਰੰਸ ਦੇ ਜ਼ਰੀਏ ਸੰਬੋਧਨ ਕਰਦਿਆਂ ਕਿਹਾ ਕਿ 2047 ਤੱਕ ਭਾਰਤ ਨੂੰ ਵਿਕਸਿਤ ਬਣਾਉਣ ਦੇ ਟੀਚੇ ਨੂੰ ਹਾਸਲ ਕਰਨ ਦੇ ਲਈ ਦੱਖਣੀ ਸੂਬਿਆਂ ਦਾ ਤੇਜ਼ੀ ਦੇ ਨਾਲ ਵਿਕਾਸ ਮਹੱਤਵਪੂਰਨ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਮੇਰਠ ਸਿਟੀ ਲਖਨਊ ਵੰਦੇ ਭਾਰਤ ਟ੍ਰੇਨ ਯਾਤਰੀਆਂ ਨੂੰ ਦੋਹਾਂ ਸ਼ਹਿਰਾਂ ਵਿਚਾਲੇ ਮੌਜੂਦਾ ਸਭ ਤੋਂ ਤੇਜ਼ ਟ੍ਰੇਨ ਦੀ ਤੁਲਨਾ ਦੇ ਵਿੱਚ ਲਗਭਗ 1 ਘੰਟਾ ਪਹਿਲਾਂ ਪਹੁੰਚਾਇਆ ਕਰੇਗੀ। ਇਸ ਤਰ੍ਹਾਂ ਚੇਨਈ, ਐਗਮੌਰ, ਨਾਗਰ ਕੋਇਲ ਵੰਦੇ ਭਾਰਤ ਤੋਂ 2 ਘੰਟੇ ਤੋਂ ਵੱਧ ਸਮੇਂ ਅਤੇ ਮਦੂਰੇ ਬੈਂਗਲੌਰ ਵੰਦੇ ਭਾਰਤ ਟ੍ਰੇਨ ਤੋਂ ਜਿਹੜਾ ਕਰੀਬ 1.5 ਘੰਟੇ ਦਾ ਸਮਾਂ ਹੁਣ ਬਚਿਆ ਕਰੇਗਾ। ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇਸ ਪੂਰੇ ਮੌਕੇ 'ਤੇ ਹੋਰ ਵੀ ਗੱਲਾਂ ਬਾਤਾਂ ਕੀਤੀਆਂ ਗਈਆਂ ਨੇ। ਉਹਨਾਂ ਦਾ ਕਹਿਣਾ ਹੈ ਕਿ ਭਾਰਤ ਨੂੰ ਵਿਕਸਿਤ ਕਰਨ ਦੇ ਲਈ ਉਹਨਾਂ ਦੇ ਵੱਲੋਂ ਵੱਖ ਵੱਖ ਥਾਵਾਂ ਦੇ ਉੱਤੇ ਇਸ ਵੇਲੇ ਬਹੁਤ ਕੁਝ ਲਿਆਇਆ ਜਾ ਰਿਹਾ, ਜਿਸ ਕਾਰਨ ਦੇਸ਼ ਦੇ ਲੋਕਾਂ ਦਾ ਵਿਕਾਸ ਵੀ ਕਾਫ਼ੀ ਜਲਦੀ ਦੇ ਨਾਲ ਹੋਵੇਗਾ। ਹੋਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਨਵੇਂ ਪ੍ਰੋਜੈਕਟ ਇੱਥੇ ਸਰਕਾਰ ਦੇ ਵੱਲੋਂ ਲਾਂਚ ਕੀਤੇ ਜਾਣਗੇ। ਰੌਬਰਟ ਵਾਡਰਾ ਦੇ ਵੱਲੋਂ ਕੰਗਨਾ ਰਣੌਤ ਨੂੰ ਲੈ ਕੇ ਇੱਕ ਟਿੱਪਣੀ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਕੰਗਨਾ ਰਣੌਤ MP ਬਣਨ ਦੇ ਲਾਇਕ ਨਹੀਂ ਹੈ, ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਉਤਾਰ ਦੇਣਾ ਚਾਹੀਦਾ। ਅਸਲ ਵਿੱਚ ਕੰਗਨਾ ਰਣੌਤ ਦੇ ਵੱਲੋਂ ਅਕਸਰ ਹੀ ਵਿਵਾਦਕ ਟਿੱਪਣੀਆਂ ਕੀਤੀਆਂ ਜਾਂਦੀਆਂ, ਜਿਸ ਕਾਰਨ ਹਮੇਸ਼ਾ ਹੀ ਉਹ ਚਰਚਾ ਦੇ ਵਿੱਚ ਰਹਿੰਦੀ ਹੈ। ਇਹਨਾਂ ਦਾ ਵਿਰੋਧ ਵੀ ਕਾਫ਼ੀ ਜ਼ਿਆਦਾ ਕੀਤਾ ਜਾਂਦਾ ਹੈ, ਪਰ ਇੱਥੇ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਹੁਣ ਕਾਂਗਰਸ ਪਾਰਟੀ ਲਗਾਤਾਰ ਕੰਗਨਾ ਰਣੌਤ ਦਾ ਵਿਰੋਧ ਕਰਦੀ ਹੋਈ ਨਜ਼ਰ ਆ ਰਹੀ ਹੈ, ਕਿਉਂਕਿ ਉਹਨਾਂ ਦੇ ਵੱਲੋਂ ਅਜਿਹੀਆਂ ਵਿਵਾਦਕ ਟਿੱਪਣੀਆਂ ਕੀਤੀਆਂ ਗਈਆਂ ਜਿਸ ਦੇ ਨਾਲ ਵੱਖ ਵੱਖ ਸੰਗਠਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਕਿਸਾਨੀ ਅੰਦੋਲਨ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਕੀ ਕੁਝ ਹੋਇਆ ਇਸ ਨੂੰ ਲੈ ਕੇ ਇੱਕ ਬੇਹੱਦ ਗਲਤ ਬਿਆਨ ਕੰਗਨਾ ਰਣੌਤ ਦੇ ਵੱਲੋਂ ਦਿੱਤਾ ਗਿਆ, ਜਿਸ ਤੋਂ ਬਾਅਦ ਹੁਣ ਹਰ ਪਾਸੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ। ਕਿਸਾਨਾਂ ਦੇ ਵੱਲੋਂ ਪੁਤਲੇ ਤੱਕ ਫੂਕੇ ਗਏ ਅਤੇ ਇੱਥੇ ਵੱਡੇ ਵੱਡੇ ਸਿਆਸੀ ਲੀਡਰਾਂ ਦਾ ਕੰਗਨਾ ਰਣੌਤ ਖਿਲਾਫ਼ ਬਿਆਨ ਵੀ ਆਇਆ। ਅਤੇ ਗੱਲ ਕੀਤੀ ਜਾਵੇ ਜੇਕਰ ਰੌਬਰਟ ਵਾਡਰਾ ਦੀ, ਜੋ ਕਿ ਪ੍ਰਿਯੰਕਾ ਗਾਂਧੀ ਦੇ ਪਤੀ ਨੇ, ਉਹਨਾਂ ਦੇ ਵੱਲੋਂ ਕੰਗਨਾ ਰਣੌਤ ਨੂੰ ਲੈ ਕੇ ਹੁਣ ਨਿਸ਼ਾਨਾ ਸਾਧਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਟਿੱਪਣੀ ਦੇ ਲਈ ਭਾਰਤੀ ਜਨਤਾ ਪਾਰਟੀ ਸੰਸਦ ਮੈਂਬਰ ਕੰਗਨਾ ਰਣੌਤ ਦੀ
ਸ਼ੁੱਕਰਵਾਰ ਨੂੰ ਆਲੋਚਨਾ ਕੀਤੀ ਅਤੇ ਕਿਹਾ ਕਿ ਉਹ ਸੰਸਦ ਮੈਂਬਰ ਬਣੇ ਰਹਿਣ ਦੇ ਕਾਬਲ ਨਹੀਂ ਹੈ। ਰਾਬਰਟ ਵਾਡਰਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਕੰਗਣਾ ਰਣੌਤ ਇੱਕ ਔਰਤ ਹੈ, ਮੈਂ ਉਹਨਾਂ ਦਾ ਸਨਮਾਨ ਕਰਦਾ, ਪਰ ਮੈਨੂੰ ਲੱਗਦਾ ਹੈ ਕਿ ਉਹ ਸੰਸਦ 'ਚ ਰਹਿਣ ਦੇ ਲਾਇਕ ਨਹੀਂ ਹੈ, ਉਹ ਸਿੱਖਿਅਤ ਨਹੀਂ ਹੈ, ਮੈਨੂੰ ਲੱਗਦਾ ਹੈ ਕਿ ਉਹ ਲੋਕਾਂ ਬਾਰੇ ਨਹੀਂ ਸੋਚਦੇ, ਉਹ ਸਿਰਫ ਆਪਣੇ ਬਾਰੇ ਸੋਚਦੇ ਨੇ, ਉਸਨੂੰ ਔਰਤਾਂ ਬਾਰੇ ਸੋਚਣਾ ਚਾਹੀਦਾ ਹੈ। ਮੇਰੀ ਅਪੀਲ ਹੈ ਕਿ ਪੂਰਾ ਦੇਸ਼ ਇਕੱਠਾ ਹੋਵੇ ਅਤੇ ਮਹਿਲਾ ਸੁਰੱਖਿਆ ਦੇ ਮੁੱਦੇ 'ਤੇ ਅੱਗੇ ਵਧੇ। ਉਹਨਾਂ ਨੇ ਕਿਹਾ ਕਿ ਔਰਤਾਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਮੁੱਦਾ ਹੈ, ਸਾਰੇ ਸਿਆਸੀ ਦਲਾਂ ਨੂੰ ਇਸ ਦੇ ਹੱਲ ਦੇ ਲਈ ਇਕੱਠੇ ਆਉਣਾ ਚਾਹੀਦਾ। ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਕੰਗਣਾ ਰਣੌਤ ਨੇ ਇੱਕ ਨਿਊਜ਼ ਚੈਨਲ ਦੇ ਨਾਲ ਇੰਟਰਵਿਊ ਦੌਰਾਨ ਇਹ ਗੱਲ ਕਹੀ ਸੀ ਕਿ ਕਿਸ ਤਰੀਕੇ ਦੇ ਨਾਲ ਖੇਤੀਬਾੜੀ ਕਾਨੂੰਨ ਸਰਕਾਰ ਦੇ ਵੱਲੋਂ ਰੱਦ ਕਰ ਦਿੱਤੇ ਗਏ ਨੇ, ਪਰ ਫਿਰ ਵੀ ਇਸ ਦੇ ਖਿਲਾਫ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਭਾਰਤ ਦੇ ਵਿੱਚ ਬੰਗਲਾਦੇਸ਼ ਵਰਗੀ ਸਥਿਤੀ ਪੈਦਾ ਹੋਈ ਸੀ, ਪਰ ਦੇਸ਼ ਦੀ ਮਜ਼ਬੂਤ ਲੀਡਰਸ਼ਿਪ ਦੇ ਕਾਰਨ ਅਜਿਹਾ ਨਹੀਂ ਹੋ ਸਕਿਆ। ਇਸ ਤੋਂ ਬਾਅਦ ਕੰਗਣਾ ਰਣੌਤ ਨੇ ਦੋਸ਼ ਲਗਾਇਆ ਕਿ ਕਿਸਾਨੀ ਅੰਦੋਲਨ ਦੌਰਾਨ ਲਾਸ਼ਾਂ ਲਟਕਦੀਆਂ ਰਹੀਆਂ ਨੇ ਅਤੇ ਉੱਥੇ ਜਬਰ ਜਨਾਹ ਹੁੰਦੇ ਰਹੇ ਨੇ ਅਤੇ ਅਜਿਹੀਆਂ ਕਈ ਗਲਤ ਟਿੱਪਣੀਆਂ ਕੰਗਣਾ ਰਣੌਤ ਦੇ ਵੱਲੋਂ ਕੀਤੀਆਂ ਗਈਆਂ ਕਿਸਾਨੀ ਅੰਦੋਲਨ ਨੂੰ ਲੈ ਕੇ। ਜਿੱਥੇ ਗੱਲ ਕੀਤੀ ਜਾਵੇ ਕੰਗਣਾ ਰਣੌਤ ਦੀ, ਤੇ ਉਹਨਾਂ ਦੇ ਵੱਲੋਂ ਅਜਿਹੀ ਕੋਈ ਪਹਿਲੀ ਟਿੱਪਣੀ ਨਹੀਂ ਕੀਤੀ ਗਈ। ਇਸ ਤੋਂ ਪਹਿਲਾਂ ਵੀ ਉਹਨਾਂ ਨੇ ਸਿੱਖਾਂ ਖਿਲਾਫ ਬਹੁਤ ਟਿੱਪਣੀਆਂ ਕੀਤੀਆਂ ਨੇ ਜਾਂ ਫਿਰ ਪੰਜਾਬ ਖਿਲਾਫ ਬਹੁਤ ਟਿੱਪਣੀਆਂ ਕੀਤੀਆਂ ਨੇ ਅਤੇ ਆਪਣੇ ਹੋਰ ਵਿਰੋਧੀ ਲੀਡਰ ਜਿਹੜੇ ਨੇ ਉਹਨਾਂ ਦੇ ਖਿਲਾਫ ਵੀ ਕੰਗਣਾ ਰਣੌਤ ਦੇ ਵੱਲੋਂ ਟਿੱਪਣੀਆਂ ਕੀਤੀਆਂ ਹੀ ਜਾਂਦੀਆਂ ਰਹਿੰਦੀਆਂ ਨੇ। ਹੁਣ ਤਾਂ ਕੰਗਣਾ ਰਣੌਤ ਦੇ ਵੱਲੋਂ ਪੰਜਾਬ ਦੀ ਜਿਹੜੀ ਤੁਲਨਾ ਹੈ ਉਹ ਬੰਗਲਾਦੇਸ਼ ਦੇ ਨਾਲ ਕਰ ਦਿੱਤੀ ਗਈ ਹੈ ਅਤੇ ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ ਦੇ ਉੱਤੇ ਕਿਹੋ ਜਿਹੀ ਗਲਤ ਟਿੱਪਣੀ ਹੈ ਕੀਤੀ ਗਈ ਇਹ ਸਭ ਦੇ ਸਾਹਮਣੇ ਆ, ਜਿਸ ਦੀ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋਈ ਹੈ। ਅਤੇ ਹੁਣ ਰਾਬਰਟ ਵਾਡਰਾ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਕੰਗਣਾ ਰਣੌਤ ਆਪਣੇ ਅਹੁਦੇ ਦੇ ਰਹਿਣ ਦੇ ਕਾਬਲ ਨਹੀਂ ਹੈ, ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਉਤਾਰ ਦੇਣਾ ਚਾਹੀਦਾ ਹੈ ਕਿਉਂਕਿ ਉਹ ਸਿਰਫ ਆਪਣੇ ਬਾਰੇ ਸੋਚਦੇ, ਕਿਸੇ ਹੋਰ ਬਾਰੇ ਨਹੀਂ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ, ਅਜਿਹੀਆਂ ਖਬਰਾਂ ਲੈ ਕੇ ਰੋਜ਼ਾਨਾ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ, ਪਰ ਤਦ ਤੱਕ ਤੁਸੀਂ ਜੁੜੇ ਰਹੋ ਦ TVNRI ਦੇ ਨਾਲ।